धन वाहिगुरु साहिब जीओ, राग आसा महला पहला, छे घर छे गुर छे उपदेश, गुर गुर एको वीस अनेक, छे घर छे गुर छे उपदेश, गुर गुर एको वीस अनेक। बाबा जै घर करती कीरत हुए, सो घर राख वडाई तोए, रहाओ विसुए चसियां घड़ियां पहरां, थिती वारी माहुआ सूरज एको रुत अनेक, नानक करते के वेश, सूरज एको रुत अनेक, नानक करते के वेश। वाहिगुरु जी का खालसा, वाहिगुरु जी की फतेह। जिन्हां दीदनिया ने रब दे दीदार कीते ने, उन्होंने रब दे बारे विच दुनिया विच प्रगट किया। जड़ियां सुभागियां अखां ने प्रभु दे दीदारां दी दात हासिल कीती, उन्हां उस दे रूप नूं बयान कीता, रब दे प्रतख रूप विच दो रूप बयान कीते जांदे ने, एक सरगुण ते दूजा निर्गुण। निर्गुण शब्द का अर्थ भाई काम सिंह नाभा ने किया है, जिदे उत्ते माया के गुणा का प्रभाव ना हो, निर्गुण कहते हैं। जिहड़ा इन्हां माया के गुणा तो उचेरा हो, रब का रूप सरगुण ते निर्गुण के रूप में है। हुण निर्गुण विच अनेकां इहो जे बाकी अपने गुण ने, माया की कारक तो रहत है, भावें वह उस परमेश्वर के बारे में अनेक रूप दुनिया विच प्रगट किए जाते हैं। सतगुरु जी ने गुरबाणी विच ऐसा जिक्र भी किया है, जिन्हें जिस रूप विच रब नूं महसूस किया उन्होंने विच सारे गुण ने, उसे तरह का रब उन्हें प्रतीत होया। जदों देखता भी दुनिया नूं बनाउण वाला है तो जी जबान ते वचन आ जाते हैं, तू करता सचियार मेंढा साई। मेंढा साई वो है जिहड़ा दुनिया का सचियार करता है। जदों तैनू दुनिया नूं पालदिआं वेखिआ ते सुभाविक ही सार संभालै, नित प्रतपालै, प्रेम सहित गल लावै, ये जबान ते वचन आ गए। तू अत दी सुंदरता का मालक है, जिन्हां तेरे दीदार कीते वो मोहे गए
ਉਹਨਾਂ ਦੀਆਂ ਅੱਖਾਂ ਵਿੱਚ ਹੋਰ ਕੁਝ ਤੱਕਣ ਦੀ ਸਮਰੱਥਾ ਨਾ ਰਹੀ ਤੇ ਉਹਨਾਂ ਨੇ ਤੈਨੂੰ ਮੋਹਨ ਕਹਿ ਦਿੱਤਾ। ਇਹੋ ਜਿਹੇ ਅਨੇਕਾਂ ਗੁਣ ਨੇ ਜਿਹੋ ਜਿਹੋ ਜਿਹੇ ਗੁਰਬਾਣੀ ਵਿੱਚ ਬਿਆਨ ਕੀਤੇ ਹੋਏ ਨੇ। ਹੇ ਗੋਪਾਲ, ਹੇ ਦਿਆਲ, ਹੇ ਕਿਤਨੇ ਗੁਣ ਨੇ, ਮੈਂ ਕਿੰਨੇ ਕੁ ਦੀ ਜ਼ਿਕਰ ਕਰਾਂ। ਜਿਹੜੇ ਜਿਹੜੇ ਰੂਪ ਵਿੱਚ ਰੱਬ ਨੂੰ ਕਿਸੇ ਨੇ ਮਹਿਸੂਸ ਕੀਤਾ, ਉਹਨੇ ਉਸ ਰੂਪ ਵਿੱਚ ਪ੍ਰਗਟ ਕਰ ਦਿੱਤਾ। ਇੱਕ ਛੋਟੀ ਜਿਹੀ ਬੇਨਤੀ ਇਵੇਂ ਸਮਝ ਲਈਏ। ਕੁਝ ਰਾਹੀ ਤੁਰੇ ਜਾ ਰਹੇ ਨੇ, ਰਾਤ ਦਾ ਹਨੇਰਾ ਹੈ ਅਤੇ ਉਹਨਾਂ ਨੂੰ ਪ੍ਰਤੀਤ ਹੋਇਆ ਵੀ ਕੋਈ ਸਾਹਮਣੇ ਬੜੀ ਵੱਡੀ ਚੀਜ਼ ਖਲੋਤੀ ਹੈ। ਉਹਨੂੰ ਟੋਹ ਕੇ, ਉਹਨੂੰ ਵੇਖ ਕੇ, ਉਹਨੂੰ ਪਰਖ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਅਤੇ ਜਦੋਂ ਕਿਸੇ ਨੇ ਰਾਹ ਦੇ ਵਿੱਚ ਇੱਕ ਹਾਥੀ ਖਲੋਤਾ ਹੈ, ਕਿਸੇ ਨੇ ਉਹਦੀਆਂ ਲੱਤਾਂ ਵੇਖੀਆਂ ਹੱਥ ਲਾ ਕੇ, ਅਤੇ ਉਹਨੂੰ ਲੱਗਿਆ ਵੀ ਇਹ ਤਾਂ ਇੱਕ ਪਿੱਲਰ ਵਰਗਾ, ਇੱਕ ਥੰਮੇ ਵਰਗਾ ਹੈ, ਹੈ ਹਾਥੀ ਹੈ, ਹਨੇਰਾ ਹੈ, ਨਹੀਂ ਪਤਾ ਲੱਗਦਾ। ਕਿਸੇ ਨੇ ਉਹਦੇ ਸੁੰਡ ਨੂੰ ਵੇਖਿਆ, ਅਗਲੇ ਈਸੇ ਨੂੰ ਵੇਖਿਆ, ਕਿਸੇ ਨੇ ਉਹਦੇ ਕੰਨਾਂ ਨੂੰ ਵੇਖਿਆ, ਕਿਸੇ ਨੇ ਉਹਦੇ ਪੇਟ 'ਤੇ ਹੱਥ ਫੇਰ ਕੇ ਦੇਖਿਆ, ਕਿਸੇ ਦੇ ਹੱਥ ਵਿੱਚ ਉਹਦੇ ਵੱਡੇ ਵੱਡੇ ਦੰਦ ਉਹ ਆ ਗਏ, ਕਿਸੇ ਨੇ ਪੂਛ ਤੋਂ ਵੇਖਿਆ। ਹੁਣ ਅੱਗੇ ਗਏ ਅਤੇ ਅੱਗੇ ਜਾ ਕੇ ਗੱਲਾਂ ਕਰਦੇ ਨੇ। ਅਚਾਨਕ ਇੱਕ ਰਾਗੀ ਗੱਲ ਪੁੱਛਦਾ ਹੈ, ਕਹਿਣ ਲੱਗੇ ਭਲਿਆ ਵੀ ਮੇਰਾ ਹਾਥੀ ਤਾਂ ਨਹੀਂ ਦੇਖਿਆ ਤੁਸੀਂ? ਉਹ ਕਹਿਣ ਲੱਗੇ ਨਹੀਂ, ਅਸੀਂ ਹਾਥੀ ਤਾਂ ਨਹੀਂ ਦੇਖਿਆ, ਪਰ ਰਾਹ ਵਿੱਚ ਇੱਕ ਚੀਜ਼ ਸੀ ਖਲੋਤੀ ਵੀ ਉਹ ਅਸੀਂ ਮਹਿਸੂਸ ਕੀਤੀ ਹੈ। ਮੈਨੂੰ ਲੱਗਿਆ ਉਹ ਪਿੱਲਰ ਜਿਹੇ ਵਾਂਗੂ ਸੀ, ਕੁਝ ਇੱਕ ਥੰਮਾ ਜਿਹਾ ਸੀ। ਦੂਜਾ ਕਹਿੰਦਾ ਨਹੀਂ ਨਹੀਂ, ਪਿੱਲਰ ਵਰਗਾ ਨਹੀਂ ਸੀ, ਉਹ ਤੇ ਪੱਖੇ ਵਰਗਾ ਸੀ, ਜਿਵੇਂ ਕੋਈ ਪੱਖੇ ਵਰਗੀ ਚੀਜ਼ ਹੋਵੇ, ਉਹਦੇ ਹੱਥ ਕੰਨ ਆਏ ਸੀ। ਇੱਕ ਛੋਟਾ ਕਹਿਣ ਲੱਗਿਆ ਵੀ ਨਹੀਂ, ਐਡੇ ਵੱਡਾ ਤਾਂ ਮੈਨੂੰ ਨਹੀਂ ਲੱਗਿਆ, ਉਹ ਤੇ ਛੋਟੀ ਜਿਹੀ ਉਹਦੀ ਇੰਨੀ ਕੁ ਪੂਛ ਸੀ, ਤੇ ਪੂਛ ਦੇ ਹਿਸਾਬ ਨਾਲ ਅੰਦਾਜ਼ਾ ਲਾਈਏ ਤੇ ਉਹ ਉਦੋਂ ਛੋਟਾ ਹੋਵੇਗਾ। ਹੁਣ ਸਾਰੇ 10 ਹਾਥੀ ਬਾਰੀ ਰਹੇ ਨੇ, ਪਰ 10 ਕਿਵੇਂ ਰਹੇ ਨੇ ਜਿਹਨੇ ਜਿਹੋ ਜਿਹਾ ਮਹਿਸੂਸ ਕੀਤਾ? ਸੱਚ ਕਰਕੇ ਜਾਣਿਓ, ਰੱਬ ਦੇ ਰੂਪ ਵੀ ਅਨੇਕਾਂ ਨੇ। ਰੱਬ ਦੇ ਰੂਪ ਵਿੱਚ ਜਿਨ੍ਹਾਂ ਨੇ ਜਿਵੇਂ ਜਿਵੇਂ ਤੱਕਿਆ, ਉਹਨਾਂ ਨੇ ਉਵੇਂ ਉਵੇਂ ਪ੍ਰਗਟ ਕੀਤਾ। ਪਰ ਹੁਣ ਮੇਰੇ ਦਿਲ ਨੂੰ ਠੋਕਰ ਲੱਗੀ ਵੀ ਮੈਂ ਤਾਂ ਪਿੱਲਰ ਵਰਗਾ ਦੇਖਿਆ ਸੀ, ਇਹ ਪੱਖੇ ਵਰਗਾ ਕਿਵੇਂ ਬਿਆਨ ਕਰ ਸਕਦੇ ਨੇ? ਇੱਥੋਂ ਇੱਕ ਝਗੜਾ ਪੈਦਾ ਹੋ ਗਿਆ। ਬੜੀ ਤਵੱਜੋ ਦੇ ਕੇ ਅੱਜ ਦੇ ਸ਼ਬਦ ਨੂੰ ਸਮਝਿਓ ਜੀ। ਪਹਿਲੇ ਸ਼ਬਦ ਵਿੱਚ ਰੱਬ ਦੇ ਦੋ ਗੁਣਾਂ ਦਾ ਜ਼ਿਕਰ ਕੀਤਾ ਸੀ, ਜਿਹੜੇ ਮੂਲ ਮੰਤਰ ਵਿੱਚ ਵੀ ਆਉਂਦੇ ਨੇ। ਪਹਿਲੇ ਸ਼ਬਦ ਵਿੱਚ ਜ਼ਿਕਰ ਕੀਤਾ ਸੀ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਉਹ ਨਿਰਭਉ ਦੇ ਸੋਹਲੇ ਦਾ, ਨਿਰਭਉ ਦਾ ਗੁਣ ਭਰਿਆ ਸੀ। ਇਹ ਸ਼ਬਦ ਵਿੱਚ ਨਿਰਵੈਰਤਾ ਦੀ ਗੱਲ ਕੀਤੀ ਹੋਈ ਹੈ। ਲੋਕ ਕਿਵੇਂ, ਰੱਬ ਇੱਕੋ ਹੀ ਹੈ, ਅਤੇ ਯਾਦ ਰੱਖਿਓ ਰੱਬ ਦੇ ਨਾਂ 'ਤੇ ਕਿੰਨੀਆਂ ਵੰਡੀਆਂ ਨੇ। ਰੱਬ ਤੇ ਇੱਕ ਹੀ ਹੈ, ਪਰਮੇਸ਼ੁਰ ਦੇ ਨਾਂ ਦੇ ਉੱਤੇ ਹੀ ਕਿੰਨੀਆਂ ਦੁਨੀਆਂ 'ਚ ਵੰਡੀਆਂ ਨੇ, ਕਿੰਨੇ ਝਗੜੇ ਨੇ, ਕਿੰਨੇ ਕਲਾ ਕਲੇਸ਼ ਨੇ। ਹੈ ਸਿਰਫ ਇਸੇ ਕਰਕੇ ਜਿਹਨੇ ਜਿਹੋ ਜਿਹਾ ਰੱਬ ਵੇਖਿਆ ਉਹ ਕਹਿੰਦਾ ਤੁਸੀਂ ਇਹੋ ਜਿਹੇ ਮੰਨੋ, ਮੈਂ ਇਹੋ ਜਿਹੇ ਨੂੰ ਜਾਣਦਾ। ਜਦਕਿ ਸੱਚ ਇਹ ਹੈ ਭਈ ਰੱਬ ਦੇ ਤਾਂ ਅਨੇਕਾਂ ਰੂਪ ਨੇ, ਤੇਰੇ ਨਾਮ ਅਨੇਕਾਂ, ਰੂਪ ਅਨੰਤਾਂ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਗੁਰਮਤ ਨੇ ਸਾਰੇ ਝਗੜੇ ਨਿਬੇੜ ਦਿੱਤੇ। ਗੁਰਮਤ ਨਹੀਂ ਨਾ ਵੱਖਰੀ ਮਿਹਨਤ ਪੈਂਦੀ, ਗੁਰਮਤ ਨੇ ਤਾਂ ਸਿੱਧਾ ਸਪਸ਼ਟ ਆਖ ਦਿੱਤਾ, ਜਿੱਥੇ ਜਾਏ ਵਰਗੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਜਾ ਕੇ ਮੱਕੇ 'ਚ ਬਹਿ ਜਾਏ, ਮੇਰੇ ਲਈ ਤਾਂ ਮੱਕਾ ਵੀ ਪਵਿੱਤਰ ਹੈ। ਗੁਰੂ ਜਾ ਕੇ ਮੰਦਰਾਂ 'ਚ ਬੈਠ ਜਾਏ, ਮੇਰੇ ਲਈ ਤਾਂ ਮੰਦਰ ਵੀ ਪਵਿੱਤਰ ਹੈ। ਗੁਰੂ ਜਾ ਕੇ ਜੋਗੀਆਂ ਕੋਲ ਬੈਠ ਜਾਏ, ਮੈਨੂੰ ਤਾਂ ਜੋਗੀ ਵੀ ਚੰਗੇ ਲੱਗਦੇ ਨੇ ਜਿਹਨਾਂ ਨਾਲ ਮੇਰੇ ਗੁਰੂ ਨਾਨਕ ਸਾਹਿਬ ਨੇ ਚਰਚਾ ਕੀਤੀ ਹੈ। ਗੁਰੂ ਜਾ ਕੇ ਪਹਾੜਾਂ 'ਤੇ ਬੈਠ ਜਾਏ, ਮੈਨੂੰ ਤਾਂ ਉਹ ਪਹਾੜ ਵੀ ਚੰਗੇ ਲੱਗਦੇ ਨੇ। ਮੈਂ ਫਿਰ ਬੇਨਤੀ ਕਰਦੇ ਹਾਂ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ। ਗੁਰਮਤ ਨੇ ਕਿਸੇ ਝਗੜੇ ਦੀ ਗੱਲ ਨਹੀਂ ਕੀਤੀ, ਸਪਸ਼ਟ ਕਰ ਦਿੱਤਾ ਵੀ ਤੈਨੂੰ ਅਨੁਭਵ ਇਹੋ ਜਿਹਾ ਹੋਇਆ ਰੱਬ ਦਾ, ਅਤੇ ਤੂੰ ਇਵੇਂ ਦਾ ਮੰਨ ਲਿਆ, ਮੈਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਕਦੇ ਦਰਬਾਰ ਸਾਹਿਬ ਦੇ ਦਰਸ਼ਨ ਬੜੇ ਧਿਆਨ ਨਾਲ ਕਰਿਓ ਜੀ, ਦੇਖੋ ਕਦੇ ਵਿਚਾਰ ਕੇ
दरबार साहब दियां दरवाजे रखे चार किडे खुले खुले दरवाजे ने जिहड़े बाहरों ने ते परिक्रमा किड्डियां खुलियां ने। किड्डा खुला वड्डा सरोवर है 490 फुट एक पासे नूं 500 फुट एक पासे नूं सरोवर एडा वड्डा सारा कुछ प्रबंध किया। पर जदों दरबार साहब के अंदर जाने की गल की तो पुल इको ही है। पुल भी चार बनाए जा सकते सन, पुल भी दो बनाए जा सकते सन भी एक पासे नूं आ जाओ एक पासे नूं चले जाओ, रश भी घटेगा, जिड्डी एडिया लंबियां लाइनां लगदियां ने। और यह भी नहीं भी गुरु अर्जन पातशाह जी दूर अंदेशी ना हो, नहीं उहदा कारण इक्को ही सी भी सिखा एक गल चेता रखी, गुरु घर आउण वाली एक गल चेता रखी, चार दरवाजिया का अर्थ है भी किधरों मर्जी आ जा असी दिशावां च नहीं बंडे हुए, जिधरों मर्जी आ जा। पर यह गल चेता रखी सारे आके जदों इथों लंघोगे ना तो एक पुल के उत्ते लंघना पैना, एको ही इंसानियत की गल करनी पैनी है। अंदर रब एक की गल होनी है, परमेश्वर एक की गल होनी है, अंदर दूजे की गल नहीं। अंदर तो तुम गावो मेरे निर्भउ का सोय लै, अंदर तो करते की कीर्ति है, अंदर होर कुछ नहीं। अंदर परमेश्वर की गल है, अंदर निरंकार की गल है, किसी दूजे की गल नहीं हो सकती। हाँ तरीका थोड़ा अपना हो सकता है, शेख फरीद तू उस रब की गल नमाजा च करना चाहना है तो आ बैठ के नमाज कर। सिख नूं तां कदे भी नमाज नहीं पढ़नी, सिख दा वास्ता ही कोई नहीं सी। गुरु ने सवेर तो शाम तक सिख नूं एक भी नमाज नहीं दित्ती, पर नमाज पढ़न वाले नूं मना नहीं कीता भी तू आ जा नमाजा की गल करनी है नमाजा राही कर ले। पर करते रब दी ना, तू आरतियां करनियां चाहना तू आरती कर ले, आ जा मैं तेरी आरती नूं भी स्वीकार कर दें। नाम तेरु आरती मजन मुरारे, हर के नाम बिन झूठे सगल पसारे। तू आरती कर ले पर कर एक दीना रब दी कर। भगत नामदेव जी का अपना ढंग हो सकता है, रविदास जी का अपना ढंग हो सकता है, कबीर साहब का अपना ढंग हो, ढंग वक्रे वक्रे हो सकते ने, पर गल करते दी कीर्ति करते दी है किसी दूजे की नहीं। फिर छोटी जी कर्ज करो, 1581 सन विच धन गुरु रामदास जी ज्योति जोत समाए, तख्त गुरु अर्जन साहब सच्चे पातशाह जी महाराज विराजमान हो गए। एक भट्टां दा टोला बड़े लंबे समय तो आसे पासे रब्बी मिलाप की चाहत लेके किसी विचोले की भाल विच सन। भट्टां दे सवैयां जो ही सानू यह सूह मिल जाती है, रहो संत हों टोल साध बहुतेरे डिठे, सन्यासी तपसीए मुखों ए पंडित मिठे, वर्ष एक हों फिरियो किने न परचो लायो, कहत्या कहती सुनी रहत को खुशी न आयो। ओई भाटा का टोला गुरु अर्जन पातशाह जी के चरणों में आ गया। जदों गुरु के दीदार किए उन्हें स्पष्ट कह दिता, जब लौनी भाग लेलार उदय तब लो भरम ते फिरते बहुतायो, कल कोर समुंदर में बूढ़ थे कब हू मिट गए नीरे पछतायो, तत् विचार जह मथरा जगतारन को अवतार बनायो, जपयो जिन अर्जन देव गुरु फिर संकट जोन गर्भ नह आयो। स्पष्ट कर दिता भलियो, जग और न जाए महात्म में अवतार उजागर आन कियो, तन के दो कोटक दूर गए मथुरा जिन अमृत नाम पियो, ए पद ते मैं चूकै रे मन भेद बिभेद न जान बियो, प्रत्यक्ष दे गुरु अर्जन कै हर पूर्ण ब्रह्म निवास लियो। गुरु अर्जन साहब जी ने हाथ जोड़े कहन लगे, इत्थे किसी की अपनी वडियाई नहीं होती, तुसी वडियाई करनी है ते गुरु नानक साहब दे घर दी करो, उहदे विच्चों जिहड़ी सेवादारी मैनू मिली है वह गल उवें हो सकती है। गुरु साहब ने अपनी तारीफ लई रोक दिता,
क्योंकि इतने करते की कीर्ती है। सवैये किमें उचारने ने उस्तद किमें करनी है। तो याद रखियो उत्ते दो तरह के सवैये ने। एक सवैया का हैडंग है सवैये महले पहले के, ये गुरु नानक साहब जी के बारे में ने, ये भट्टा दे ने। दूजे सवैये वो ने जिन्हों से लिखे सवैये श्री मुख वाक्य महला पंजवां, ये गुरु अर्जन पातशाह जी महाराज के सवैये ने। उन्होंने सवैये उचार के दसिया भी जे कीर्ति करनी है तो इवें की कीर्ति करो, रब की कीर्ति करो। इत्थे करते का कोई विचार मैनू लगता है भी आपां नूं समझना औखा नहीं होना चाहिए। गुरु रामदास जी का किन्ना प्यार होगा गुरु अर्जन साहब सच्चे पातशाह, जां दूजे लफ्जां विच इह कह लवां भी गुरु अर्जन साहब जी का किन्ना प्यार होगा गुरु रामदास साहब सच्चे पिता जी महाराज नाल, ते उहनां दे वसाए नगर विच उहनां दे बनाए सरोवर विच उहदे विच गुरु अर्जन पातशाह जी दरबार साहब बनाउण, ते उहदे अंदर अपने पिता जी भी फोटो ना लाउण, क्योंकि इत्थे करते का होए विचारो है। इत्थे अपने पिता की भी फोटो नहीं लाई, हाँ पिता के शब्द प्रकाश कर दते, वो करते की कीर्ति है, परमेश्वर की कीर्ति है। सतगुरु ने झगड़ा ही नबेड़ दिता, भलिया काले लिए ने वखरेवे पाई बैठा। सिख के जीवन में निर्वैरता ता सकती है वो जदों गुरु के शब्द को समझ लेंदा है। कोई बोले राम राम, कोई खुदाई, कोई सेवै गुसाइया, कोई अल्लाह है, कारण करन करीम कृपा तार रहीम। सानू किसी ना कोई बखरेवा नहीं। गुरबाणी विच सारे नाम वरते हुए ने, आराम भी वरते है, रहीम भी वरते है, कोई बखरेवा नहीं। उन्होंने बखरेवे पाले सन भी जिहड़ा मेरा धार्मिक स्थान है उदे ते मेरे ही बंदे आ सकते ने, जिहड़ा मेरा धार्मिक ग्रंथ है उन्हूं मेरे ही बंदे पढ़ सकते ने, दूजा नहीं। गुरु ने किड्डा वड्डा इरदा खुला करके दिखाया। गुरु जी कहन लगे जो जन लेहे खसम का नौ, जिहड़ा भी खसम का ना लेंदा है मैं तां उहदे सदके जाना है। जो जन लेहे खसम का नौ तिन कै सद बलिहारे जाऊं, हों मे हों कुरबाने जाऊं मेहरबाना, हों कुरबाने जाऊं, हों कुरबाने जाऊं तिना कै लैन जो तेरा नौ, लैन जो तेरा नौ तिना कै हों सद कुरबाने जाऊं। मैं तो उन्हें तो सदके जाने जेडे तेरा नाम लेंदे ने। अज दा शब्द सोहला साहब की बाणी विचों आकार पक्षों बहुत छोटा है, बहुत छोटा जिहा शब्द है पर उन्ना ही औखा है समझना, उन्ना ही औखा है। शुरुआत करिए इहदे विचों सिख नूं निर्वैरता का गुण मिलना है। शाम नूं पढ़दा है सरबत का भला तां ही कह सकदा है जे उहदे जीवन विच निर्वैरता होएगी। वैर रखण वाला सरबत का भला नहीं मंग सकता। अमृत वचन है बाबा जय कर करते कीरत होए। बाबा हे भाई जय जिस विच करते, जय कर करते कीरत होए। घर का अर्थ है वह धार्मिक ग्रंथ। प्रोफेसर साहब सिंह ने यदा अर्थ संगत भी किया, संगत कह लीए या धार्मिक ग्रंथ कह लीए, क्योंकि धार्मिक ग्रंथ ते संगत ये एक दूजे नाल अभेद ही ने। जिते धार्मिक ग्रंथ होएगा उत्थे संगत होएगी, सत्संगत होएगी, जिते सत्संगत है इहदा मतलब उत्थे किसी चंगे धार्मिक बोलां दा प्रभाव है। बाबा जय कर करते कीरत होए। जिस घर विच भी, जिस धार्मिक ग्रंथ विच भी
करते कीर्त होए, कीर्त दा अर्थ हुंदा है उस्तद वडियाई महिमा, जिस विच भी करते दी कीर्ति। मैं पिछे भी जिक्र कीता सी जदों पहला शब्द विचारिया सी, सतगुरु बार ने बलिहार ने, सतगुरु ने इत्थे नाम नहीं लिखिया। तुहानूं कदे वक्त मिलिया भाई कान सिंह नाभा दे महान कोश विचों तस्बी पढ़ना, तस्बी उत्थे तुहानूं सुभाविक पता लग जाएगा तस्बी दे नां थले इस्लाम धर्म है जिहड़ा ਉਹ ਸਿਰਫ 99 ਰੱਬ ਦੇ ਨਾਮ ਮੰਨਦਾ ਹੈ। ਜਿਹੜਾ ਉਹਨਾਂ ਦੇ ਨਾਵਾਂ ਤੋਂ ਬਿਨਾਂ ਰੱਬ ਦਾ ਕੋਈ ਨਾਂ ਲੈ ਕੇ ਗਾਉਂਦਾ ਹੈ ਉਹਨੂੰ ਕਾਫਰ ਕਹਿੰਦੇ ਨੇ। ਇਸੇ ਤਰ੍ਹਾਂ ਜੇ ਤੁਸੀਂ ਸਮੁੱਚੇ ਕੁਰਾਨ ਮਜੀਦ ਨੂੰ ਹਦੀਸਾਂ, ਹਦੀਸ ਕਹਿੰਦੇ ਨੇ ਜਿਹਦੇ 'ਚ ਉਹਨਾਂ ਦੀ ਮਰਿਆਦਾ ਲਿਖੀ ਹੋਈ ਹੈ, ਕੁਰਾਨ ਮਜੀਦ ਨੂੰ ਪੜ੍ਹ ਲਈਏ, ਹਦੀਸਾਂ ਨੂੰ ਪੜ੍ਹ ਲਈਏ, ਉਹਦੇ 'ਚ ਕਿਤੇ ਵੀ ਰਾਮ ਸ਼ਬਦ ਨਹੀਂ ਤੁਹਾਨੂੰ ਮਿਲਣਾ। ਪਰ ਜੇ ਕਿਤੇ ਸਨਾਤਨੀ ਧਰਮ ਦੇ ਚਾਰੇ ਵੇਦ ਪੜ੍ਹ ਲਈਏ, ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਪੜ੍ਹ ਲਈਏ, ਉਹਦੇ ਵਿੱਚੋਂ ਕਿਤੋਂ ਤੁਹਾਨੂੰ ਰਹੀਮ ਸ਼ਬਦ ਨਹੀਂ ਮਿਲਣਾ। ਸ਼ਬਦਾਂ ਦੀ ਵੰਡੀ ਪਾ ਲਈ, ਫਲ ਵੰਡ ਲਏ, ਫਰੂਟ ਵੰਡ ਲਏ, ਕਿਤੇ ਖੰਜੂਰਾਂ ਹੀ ਚੜ੍ਹਦੀਆਂ ਨੇ, ਕਿਤੇ ਨਾਰੀਅਲ ਚੜ੍ਹਦਾ, ਪਸ਼ੂ ਵੰਡ ਲਏ, ਕਿਤੇ ਇੱਕ ਪਸ਼ੂ ਦੀ ਬਲੀ ਦਿੱਤੀ ਜਾਂਦੀ, ਕਿਤੇ ਦੂਜੇ ਪਸ਼ੂ ਦੀ ਬਲੀ ਦਿੱਤੀ ਜਾਂਦੀ ਹੈ, ਕੱਪੜੇ ਪਹਿਰਾਵੇ ਵੰਡ ਲਏ, ਹਰ ਚੀਜ਼ ਵੰਡ ਲਈ। ਭਾਈ ਗੁਰਦਾਸ ਜੀ ਦੇ ਇੱਕ ਬੋਲ ਕਹਿੰਦੇ ਹਾਂ, ਰੱਬ ਦੇ ਨਾਂ 'ਤੇ ਇਕੱਠੇ ਹੋਣ ਦੀ ਬਜਾਏ ਕਿੰਨੀਆਂ ਵੱਡੀਆਂ ਪਾ ਕੇ ਬੈਠ ਗਏ। ਭਾਈ ਗੁਰਦਾਸ ਜੀ ਦਾ ਬੋਲ ਹੈ ਬੜਾ ਪਿਆਰਾ, ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕੱਬਰੀ ਖਿੱਚੋ ਤਾਨ ਕਰੀਨ ਧੰਗਾਣੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੁਬਾਣੇ, ਰਾਮ ਰਹੀਮ ਕਹਾਈ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਵੇਦ ਕਿਤੇ ਭੁਲਾਏ ਕੈ ਮੋਹੇ ਲਾਲਚ ਦੁਨੀ ਸ਼ਤਾਣੇ। ਸੱਚ ਕਿਨਾਰੇ ਰਹਿ ਗਿਆ, ਸੱਚ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ, ਜਿਸ ਰੱਬ ਦੀ ਗੱਲ ਕਰਨੀ ਸੀ ਉਹਦੀ ਗੱਲ ਹੀ ਨਹੀਂ ਕਰਦੇ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਉਹ ਪਰਪਜ਼ ਹੀ ਨਹੀਂ ਗੱਲ ਹੋ ਸਕਦਾ ਜ਼ਿੰਦਗੀ ਦਾ, ਜਿਸ ਕਾਰਜ ਲਈ ਧਰਮ ਨੂੰ ਧਾਰਨ ਕਰਨਾ ਸੀ। ਹਜ਼ੂਰ ਨੇ ਅੱਜ ਕਿਰਪਾ ਕੀਤੀ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਜਿਸ ਧਾਰਮਿਕ ਗ੍ਰੰਥ ਵਿੱਚ ਵੀ ਰੱਬਾ ਤੇਰੀ ਵਡਿਆਈ ਹੈ ਨਾ, ਸੋ ਕਰ ਰਾਖ ਵਡਾਈ ਤੋਏ, ਉਹ ਭਲਿਓ ਉਸ ਘਰ ਦੇ ਉਪਦੇਸ਼ ਨੂੰ, ਉਸ ਧਾਰਮਿਕ ਗ੍ਰੰਥ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਰੱਖ ਲਓ, ਇਹਦੇ ਵਿੱਚ ਤੁਹਾਡੀ ਵਡਿਆਈ ਹੈ। ਰੱਬ ਦੇ ਦਰ ਦੀ ਉਪਮਾ, ਰੱਬ ਦੇ ਦਰ ਦੇ ਮੁੱਖ ਉਜਲਾ ਤਾਂ ਹੋਣਾ ਜੇ ਧਾਰਮਿਕ ਗ੍ਰੰਥਾਂ ਦੇ ਚੰਗੇ ਬੋਲ ਆਪਣੇ ਜੀਵਨ ਵਿੱਚ ਧਾਰਨ ਕਰੀਏ। ਜੇ ਸਿਰਫ ਚਰਚਾ ਹੀ ਕਰਦੇ ਹਾਂ ਫਿਰ ਕੋਈ ਲਾਭ ਨਹੀਂ ਹੋਣਾ। ਸੋ ਕਰ ਰਾਖ ਵਡਾਈ ਟੋਏ, ਉਸ ਘਰ ਨਾਲ ਨੇੜਤਾ ਬਣਾ ਕੇ ਰੱਖ, ਉਸ ਘਰ ਦੇ ਉਪਦੇਸ਼ ਨੂੰ, ਉਸ ਪਾਵਨ ਬੋਲ ਨੂੰ ਆਪਣੇ ਹਿਰਦੇ ਵਿੱਚ, ਆਪਣੇ ਕਿਰਦਾਰ, ਆਪਣੇ ਸੁਭਾਅ ਦਾ ਅੰਗ ਬਣਾ ਕੇ ਰੱਖ, ਫਿਰ ਪ੍ਰਵਾਨ ਹੋਏਗਾ। ਪਹਿਲੀਆਂ ਪੰਕਤੀਆਂ ਨੇ ਜੀ, ਛੇ ਘਰ, ਘਰ ਦਾ ਅਰਥ ਇੱਥੇ ਛੇ ਧਾਰਮਿਕ ਗ੍ਰੰਥ ਨੇ, ਛੇ ਸ਼ਾਸਤਰ ਨੇ। ਸਨਾਤਨ ਧਰਮ ਦੇ ਵਿੱਚ ਛੇ ਸ਼ਾਸਤਰਾਂ ਦਾ ਬੜਾ ਬਹੁਤ ਜ਼ਿਆਦਾ ਜ਼ਿਕਰ ਹੈ, ਸ਼ਾਕ, ਨਿਆਂ, ਵਿਸ਼ੇਸ਼ਕ, ਯੋਗ, ਮੀਮਾਂਸਾ ਅਤੇ ਵੇਦਾਂਤ, ਇਹ ਛੇ ਸ਼ਾਸਤਰ ਨੇ। ਛੇ ਘਰ ਮਿਸਾਲ ਇਹ ਉਦਾਹਰਨ ਹੈ, ਬਹੁਤ ਵਜੋਂ ਦੇ ਕੇ ਸਮਝਿਓ। ਛੇ ਘਰ, ਛੇ ਗੁਰ, ਉਹਨਾਂ ਦੇ ਉਚਾਰਨ ਕਰਨ ਵਾਲੇ, ਇਹਨਾਂ ਨੂੰ ਬਣਾਉਣ ਵਾਲੇ, ਇਹਨਾਂ ਛੇ ਸ਼ਾਸਤਰਾਂ ਨੂੰ ਸ਼ਾਖ, ਨਿਆਇ, ਵਿਸ਼ੇਸ਼ਕ, ਯੋਗ, ਮੀਮਾਂਸਾ ਅਤੇ ਵੇਦਾਂਤ ਨੂੰ ਬਣਾਉਣ ਵਾਲੇ ਛੇ, ਇਹਨਾਂ ਦੇ ਕਰਤਾ ਵੀ ਵੱਖੋ ਵੱਖਰੇ ਨੇ। ਸ਼ਾਖ ਨੂੰ ਕਲਪ ਮੁਨੀ ਨੇ ਬਣਾਇਆ ਸੀ, ਨਿਆਏ ਨੂੰ ਗੌਤਮ ਰਿਸ਼ੀ ਨੇ ਬਣਾਇਆ ਸੀ, ਗੌਤਮ
मुनि ने बनाया सी, वशेषक नूं कणाद मुनि ने बनाया सी, योग नूं पतंजलि ने बनाया सी, मीमांसा नूं जैमिनी ने बनाया सी। याद रखो जे इस तरह वेदांत नूं वेद व्यास ने बनाया सी। इन्हां दे करते भी वखरे ने, छे कर छे शास्त्र ने, इन्हां दे बनाउण वाले भी छे गुरु ओह भी वखो वखरे ने, छे उपदेश ते गुरानी दी गल इन्हां च दित्ते हुए उपदेश भी छे वखो वखरे ने, धार्मिक ग्रंथ भी वखो वखरे, इन्हां दे बनाउण वाले भी वखो वखरे, इन्हां दे विच दित्ता हुआ उपदेश भी वखो वखरा। पर साहब कहिंदे क्यों लड़दे हो, गुर गुर एको वेस अनेक, ਉਹ ਰੱਬ ਤਾਂ ਇੱਕੋ ਹੀ ਹੈ, ਗੁਰੂ ਪਰਮੇਸ਼ਰ ਤਾਂ ਇੱਕੋ ਹੀ ਹੈ, ਵੇਸ਼ ਅਨੇਕ, ਉਹਦੇ ਪਹਿਰਾਵੇ ਵੱਖਰੇ ਨੇ, ਉਹ ਧਾਰਮਿਕ ਗ੍ਰੰਥਾਂ ਦਾ ਰੂਪ ਵੱਖਰਾ ਬਣ ਕੇ ਬੈਠ ਗਿਆ। ਗੱਲ ਤਾਂ ਇੱਕ ਰੱਬ ਦੀ ਹੈ, ਗੱਲ ਤਾਂ ਇੱਕ ਪਰਮੇਸ਼ਰ ਦੀ ਹੈ, ਇੱਕ ਨਿਰੰਕਾਰ ਦੀ ਸੀ, ਕਿਹੜੀ ਗੱਲ ਉਹ ਝਗੜਾ ਪਾ ਕੇ ਬੈਠ ਗਏ। ਛੋਟੀ ਜਿਹੀ ਇੱਕ ਬੇਨਤੀ ਹੋਰ ਕਰਾਂ, ਬੜੀ ਤਵੱਜੋ ਦੇ ਕੇ ਸਮਝਿਓ। एक परिवार विच मान लो एक बंदे की आप गल करने, परिवार विच एक बंदा है, उनू कोई चाचा कहिंदा, कोई उनू ताया कहिंदा, कोई उनू पति कहिंदा, कोई उनू पुत्र कहिंदा, कोई उनू अपना भरा कहिंदा, एको ही बंदा है। सारे परिवार च उहदे किन्ने नां ने, पर सारे लड़ते नहीं, वो लड़ते नहीं भी जिन्हों मैं चाचा कहना तू ताया किमें कह सकना, जिन्हों मैं ताया कहना तू उन्हें पुत किमें कह सकना, जिन्हों मैं पुत कहना तू उन्हें पिता किमें कह सकना। सारे परिवार चो कोई लड़ता तो ही ना, एको ही बंदे नूं किन्ने नावां नाल पुकार लेंदे ने, जिहदे नाल जिहो जिहा रिश्ता उहो जिहा पुकार लेंदे, लड़ाई नहीं हुंदी, क्योंकि गल इक दी है, गल इक दी है। सच करके जाने हो, जिस दिन असी ये पंक्तियां दे अर्थ समझ ले ना, एक पिता एक के हम बार का पक्के में लड़ांगे, झगड़ा ही कोई नहीं रह सकता। गुरमत ने किते कीमती, अज दुनिया के हर बंदे का झगड़ा सोहला साहब की बाणी के विचों हल हो सकता है, पर असी ये अर्थ ही नहीं कर पाए। साहब जी आखते ने गुर गुर एको, एको ही परमेश्वर की गल है, एको ही निरंकार की गल है, बेश अनेक, उन्हां अखरां दा पहरावा ही वखरा है, धार्मिक ग्रंथां दे पहरावे ही वखरे ने, शब्द ही वखरे ने। गल ते रब दी है, गल ते परमेश्वर दी है। फिर एक बारी पंक्तियां रहो वालियां, बाबा जय कर करते कीर्त होए, जिस घर विच भी तेरी वडियाई हुंदी है सो कर राख वडाई तोए। ए मेरा गुरु नानक किन्ना चंगा है, ये आरतियां भी कर रहिंदा है, ए मेरा गुरु नानक किन्ना चंगा है, नमाज़ां वालियां कोल भी बैठ जांदा है, नहीं कोई रोकदा, नहीं बाबा ये रोक संकोच करदा भई जे मैं मस्जिद गया सी हुण मैं मंदिर ना जावां, जे मंदिर गया सी ते मस्जिद ना जावां। ਲੋਕੀ ਧਾਰਮਿਕ ਅਸਥਾਨਾਂ 'ਤੇ ਇੱਕ ਦੂਜੇ ਦੇ ਧਾਰਮਿਕ ਅਸਥਾਨ ਨੂੰ ਢਾਉਣ ਤਾਂ ਗਏ ਨੇ, ਪਰ ਕਿਸੇ ਨੂੰ ਜੋੜਨ ਵਾਸਤੇ ਨਹੀਂ ਗਿਆ। ਜੋੜਨ ਵਾਸਤੇ ਉਹ ਗਿਆ ਬੇਬੇ ਨਾਨਕੀ ਦਾ ਵੀਰਾ, ਜਿਹੜਾ ਰਬਾਬ ਚੁੱਕੇ ਭਾਈ ਮਰਦਾਨੇ ਨਾਲ ਸੋਹਲੇ ਗਾਉਂਦਾ ਹੈ, ਉਹ ਜੋੜਦਾ ਹੈ। ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਬਰਾਬਰ ਕੌਣ ਚਾਹੁੰਦਾ ਹੈ ਮੇਰੇ ਬਰਾਬਰ ਬੈਠੇ, ਦੁਨੀਆਂ 'ਚ ਕੰਪੀਟੀਸ਼ਨ ਹੈ, ਇੱਕ ਦੂਜੇ ਨੂੰ ਥੱਲੇ ਗਿਰਨਾ ਅਤੇ ਜਾਣਦੇ ਨੇ। ਸਿੱਖੋ ਗੁਰਬਾਣੀ ਕੋਲੋਂ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਰੋਦਾਸ ਜੀ ਜੇ ਤੈਨੂੰ ਲੋਕ ਬੁਰਾ ਕਹਿੰਦੇ ਨੇ ਮੈਂ ਨਹੀਂ ਬਰਦਾਸ਼ਤ ਕਰਦਾ, ਤੂੰ ਮੇਰੇ ਬਰਾਬਰ ਬੈਠ। ਜਿਹੋ ਜਿਹਾ ਚੌਰ ਗੁਰੂ ਅਰਜਨ ਸਾਹਿਬ ਨੂੰ ਹੋਏਗਾ, ਉਹ ਜਿਹਾ ਰਵਿਦਾਸ ਜੀ ਨੂੰ ਹੋਏਗਾ। ਤਖ਼ਤ 'ਤੇ ਬਿਠਾ ਦਿੱਤਾ, ਜਿਸ ਨਾਮਦੇਵ ਜੀ ਨੂੰ ਲੋਕ ਧੱਕੇ ਮਾਰਦੇ ਸਨ ਧਾਰਮਿਕ ਸਥਾਨਾਂ ਤੋਂ, ਉਹਨੂੰ ਇਹੋ ਜਿਹੇ ਸਥਾਨ 'ਤੇ ਬਿਠਾ ਦਿੱਤਾ। ਅੱਜ ਬ੍ਰਾਹਮਣ ਬੈਠ ਕੇ ਥੱਲੇ ਗੱਲ ਸੁਣਦਾ ਹੈ, ਉਹਨੂੰ ਥੱਲੇ ਬੈਠਣਾ ਪਏਗਾ। ਸੋ ਕਰ ਰਾਗ ਵਡਾਈ ਧੋਏ, ਇੱਕ ਉਦਾਹਰਨ ਆ ਦਿੱਤੀ ਸੀ ਸਤਿਗੁਰੂ ਜੀ ਨੇ,
ਵੀ ਜਿਵੇਂ ਧਾਰਮਿਕ ਗ੍ਰੰਥ ਵੱਖੋ ਵੱਖਰੇ ਨੇ ਅਤੇ ਗੱਲ ਤਾਂ ਰੱਬ ਦੀ ਇੱਕ ਦੀ ਹੋਈ ਹੈ। ਹੁਣ ਇਸ ਤੋਂ ਅਗਲੀ ਉਦਾਹਰਨ ਜਿਹੜੀ ਉਹ ਕੁਦਰਤ ਵਿੱਚੋਂ ਦਿੱਤੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਸ ਖੂਬੀ ਹੈ, ਮੈਂ ਬੇਨਤੀ ਕਰਾਂ। ਗੁਰੂ ਸਾਹਿਬ ਦੀ ਬੜੀ ਕਮਾਲ ਹੈ, ਬਹੁਤੀਆਂ ਉਦਾਹਰਨਾਂ ਸਤਿਗੁਰੂ ਜੀ ਨੇ ਕੁਦਰਤ ਵਿੱਚੋਂ ਲਈਆਂ ਨੇ, ਕਿਉਂਕਿ ਕੁਦਰਤ ਝੂਠ ਨਹੀਂ ਬੋਲਦੀ। ਆ ਹੁਣ ਤੁਸੀਂ ਦੇਖਿਆ ਮੌਸਮ ਦੇ ਨਾਲ ਦਰੱਖਤਾਂ ਕੋਲੋਂ ਪੱਤੇ ਸਭ ਕੁਝ ਚਲਾ ਗਿਆ ਸੀ ਅਤੇ ਉਵੇਂ ਹੀ ਖੜੋਤੇ ਨੇ ਖਾਲੀ। ਕੋਈ ਪਹਿਰਾਵਾ ਪਾਉਣ ਦੀ ਲੋੜ ਨਹੀਂ, ਉਹਨਾਂ ਨੂੰ ਕੋਈ ਦਿਖਾਵਾ ਕਰਨ ਦੀ ਲੋੜ ਨਹੀਂ। ਹੁਣ ਸਾਰੇ ਦਰੱਖਤਾਂ ਨੇ ਹਰੇ ਭਰੇ ਹੋ ਜਾਣਾ, ਫੁੱਲਾਂ ਨਾਲ ਫਲਾਂ ਨਾਲ ਭਰ ਜਾਣਾ। ਹੁਣ ਇਹ ਨਹੀਂ ਵੀ ਕਿਸੇ ਨੇ ਹੰਕਾਰੀ ਹੋ ਜਾਣਾ ਵੀ ਦੂਜੇ ਨਾਲ ਨਫ਼ਰਤ ਕਰਨਗੇ। ਕੁਦਰਤ ਝੂਠ ਨਹੀਂ ਬੋਲਦੀ। ਸੱਤ ਕਦੇ ਜਿਹੜੇ ਧਰਮ ਖੰਡ ਦਾ ਜਪਜੀ ਸਾਹਿਬ ਦੇ ਵਿੱਚ ਜ਼ਿਕਰ ਹੈ, ਉਹ ਸਮੁੱਚੀ ਕੁਦਰਤ ਦਾ ਦ੍ਰਿਸ਼ਟਾਂਤ ਹੈ। ਬੰਦਾ ਝੂਠ ਬੋਲਦਾ, ਮੈਨੂੰ ਮੱਥਾ ਦੇਖਣ ਵਾਲੇ ਚਾਰ ਜਣੇ ਹੋਣ, ਮੇਰੇ ਮੱਥਾ ਟੇਕਣ ਦਾ ਢੰਗ ਹੋਰ ਹੋਏਗਾ, ਗੁਰਦੁਆਰਾ ਸਾਹਿਬ 'ਚ ਕੋਈ ਨਾ ਹੋਵੇ, ਮੈਂ ਇਕੱਲਾ ਹੀ ਹੋਵਾਂ, ਮੱਥਾ ਟੇਕਾਂਗਾ ਹੀ ਨਹੀਂ। ਫਿਰ ਇਉਂ ਲੱਗਦਾ ਵੀ ਗੁਰੂ ਖੇਡੀ ਹੈ। ਆਹ ਸਤਿਗੁਰੂ ਜੀ ਨੇ ਫਿਰ ਇੱਕ ਕੁਦਰਤ ਦੀ ਉਦਾਹਰਨ ਦਿੱਤੀ ਹੈ, ਸਮਝਾਈ ਇਹੋ ਹੀ ਗੱਲ ਹੈ ਵੀ ਰੱਬ ਇੱਕੋ ਹੀ ਹੈ। ਉਹ ਨਿਰਵੈਰਤਾ ਦੀ ਗੱਲ ਸਮਝਾਈ ਹੈ। ਹੁਣ ਕੀ ਹੈ, ਸਤਿਗੁਰੂ ਜੀ ਨੇ ਪਹਿਲਾਂ ਉਦਾਹਰਨ ਦਾ ਮੈਂ ਜ਼ਿਕਰ ਕਰਨਾ। ਉਦਾਹਰਨ ਇਹ ਹੈ ਵੀ ਸੂਰਜ ਇੱਕੋ ਹੀ ਹੈ, ਇੱਕੋ ਹੀ ਸੂਰਜ ਨਾਲ ਬਣੇ ਹੋਏ ਸਮਿਆਂ ਦੇ ਕਿੰਨੇ ਨਾਂ ਰੱਖੇ ਹੋਏ ਨੇ ਲੋਕਾਂ ਨੇ। ਹੈ ਉਸੇ ਸੂਰਜ ਦੀ ਗੱਲ, ਇੱਕ ਦੀ ਗੱਲ ਹੈ ਪਰਮੇਸ਼ਰ। ਸੱਚ ਕਰਕੇ ਜਾਣਿਓ, ਅੱਜ ਤੇ ਮਨੁੱਖ ਦੇ ਕੋਲ ਘੜੀ ਆ ਗਈ ਤੇ ਘੜੀ ਮੁਤਾਬਕ ਇਹਨੇ ਸਮੇਂ ਦੇ ਨਾਂ ਰੱਖ ਲਏ, ਸੈਕਿੰਡ ਰੱਖ ਲਿਆ, ਮਿੰਟ ਰੱਖ ਲਏ, ਫਿਰ ਉਸ ਤੋਂ ਬਾਅਦ ਘੰਟਿਆਂ ਦੇ ਨਾਂ ਰੱਖ ਲਏ ਇਤਿਹਾਸਕ। ਪਰ ਪੁਰਾਣੇ ਸਮੇਂ 'ਚ ਘੜੀ ਨਹੀਂ ਸੀ। ਉਦੋਂ ਮਨੁੱਖ ਨੇ ਇੱਕ ਲੰਮਾ ਚੈਪਟਰ ਹੈ, ਕਿਸੇ ਵੇਲੇ ਫਿਰ ਵਿਚਾਰਾਂਗੇ ਵੀ ਘੜੀ ਕਿਵੇਂ। ਗੁਰਬਾਣੀ ਵਿੱਚ ਪਾਈ ਦਾ ਜ਼ਿਕਰ ਆਇਆ ਹੈ, ਕੋ ਰਹੇ ਨਾ ਭਰੀਏ ਪਾਈ ਹੈ। ਜਿਹੜੀ ਗੁਰਬਾਣੀ ਵਿੱਚ ਘੜੀ ਦਾ ਜ਼ਿਕਰ ਆਇਆ ਉਹ ਇਹ ਹੈ ਵੀ ਇੱਕ ਵੱਡੇ ਸਾਰੇ ਜਿਵੇਂ ਇੱਕ ਵੱਡੀ ਬਾਲਟੀ ਵਿੱਚ ਪਾਣੀ ਭਰ ਕੇ ਰੱਖ ਲਿਆ ਅਤੇ ਲੋਕ ਕੀ ਕਰਦੇ ਸੀ, ਇੱਕ ਛੋਟੀ ਜਿਹੀ ਕੌਲੀ ਵਿੱਚ ਥੱਲਿਓਂ ਛੇਕ ਕਰ ਲੈਂਦੇ ਸਨ, ਉਹ ਕੌਲੀ ਉੱਤੇ ਰੱਖ ਦਿੰਦੇ ਸਨ, ਹੌਲੀ ਹੌਲੀ ਛੇਕ ਵਿੱਚ ਪਾਣੀ ਪਈ ਜਾਂਦਾ ਅਤੇ ਕੌਲੀ ਡੁੱਬ ਗਈ। ਸਵੇਰ ਤੋਂ ਸ਼ਾਮ ਤੱਕ ਕੌਲੀ 6 ਵਾਰੀ ਡੁੱਬੀ, ਇਹਦਾ ਮਤਲਬ 6 ਕੌਲੀਆਂ ਡੁੱਬਣ ਜਿੰਨਾ ਦਿਨ ਹੁੰਦਾ ਹੈ। 3 ਵਾਰੀ ਕੌਲੀ ਡੁੱਬ ਗਈ, ਲੋਕਾਂ ਨੂੰ ਪਤਾ ਲੱਗ ਜਾਂਦਾ ਦੁਪਹਿਰ ਹੋ ਗਈ। ਸਭ ਤੋਂ ਪਹਿਲਾਂ ਪਰਛਾਵੇਂ ਤੋਂ ਅੰਦਾਜ਼ਾ ਲਾਉਂਦੇ ਸੀ, ਪਰਛਾਵੇਂ ਮੁਸ਼ਕਲ ਇਹ ਬਣੀ ਵੀ ਬੱਦਲ ਹੋ ਜਾਂਦੇ ਸੀ, ਪਤਾ ਨਹੀਂ ਸੀ ਲੱਗਦਾ ਮਨੁੱਖ ਨੂੰ ਹੁਣ ਕੀ ਕਰੇ। ਫਿਰ ਉਹਨੇ ਕੌਲੀ ਵਾਲੀ ਕਾਢ ਕੱਢੀ, ਕੋ ਰਹੇ ਨਾ ਭਰੀ ਹੈ ਪਾਈ ਹੈ, ਜਿਹਦੀ ਕੌਲੀ ਵਿੱਚ ਪਾਣੀ ਭਰ ਕੇ ਉਹਨੂੰ ਡੁੱਬ ਜਾਣਾ। ਇਹ ਗੁਰਬਾਣੀ ਵਿੱਚ ਉਦਾਹਰਨ ਆਈ ਹੋਈ ਹੈ, ਆਹ ਸੱਚੀ ਵਾਰ 'ਚੋਂ ਰੋਜ਼ ਪੜ੍ਹਦੇ ਹੋ। ਫਿਰ ਉਸ ਤੋਂ ਬਾਅਦ ਘੜੀ ਬਣੀ, ਵਿਦੇਸ਼ ਵਿੱਚ ਇੱਕ ਵੱਖਰਾ ਪੱਖ ਹੈ ਅਤੇ ਉਹਦੇ ਘੜੀ ਦੇ ਸੁਧਾਰ ਹੋਏ। ਪਰ ਅੱਜ ਉਦੋਂ ਮਨੁੱਖ ਕੀ ਕਰਦਾ ਸੀ, ਉਦੋਂ ਸਮੇਂ ਨੂੰ ਮਾਪਣ ਦੇ ਢੰਗ ਵੱਖਰੇ ਸੀ। ਕੀ ਸੀ, ਸਭ ਤੋਂ ਛੋਟਾ ਜਿਵੇਂ ਅੱਜ ਸੈਕਿੰਡ ਹੈ, ਉਦੋਂ ਸਭ ਤੋਂ ਛੋਟੇ ਨੂੰ ਕਹਿੰਦੇ ਸੀ ਵਿਸੂਏ। ਵਿਸਵਾ ਨਹੀਂ ਹੈ, ਵਿਸੂਏ। ਇੱਕ ਵਿਸਾ ਕਿੰਨਾ ਹੁੰਦਾ, ਟਾਈਮ ਲਿਮਿਟ ਕੀ ਆਉਂਦੀ। ਇੱਕ ਨੋਰਮਲ ਬੰਦਾ 15 ਵਾਰੀ ਅੱਖ ਝਮਕੇ, ਸੁਭਾਵਿਕ, ਜਿੰਨਾ 15 ਵਾਰੀ ਅੱਖ ਝਮਕਣ ਨੂੰ ਸਮਾਂ ਲੱਗਦਾ ਉਹਨੂੰ ਇੱਕ ਵਿਸਵਾ ਕਹਿੰਦੇ ਨੇ। 15 ਵਿਸੂਏ ਇੱਕ ਚਸਾ ਬਣ ਗਿਆ, 30 ਚਸਿਆਂ ਦਾ ਇੱਕ ਪਲ ਬਣ ਗਿਆ, 60 ਪਲਾਂ ਦਾ ਇੱਕ ਘੜੀ ਬਣ ਗਈ, 7.5 ਘੜੀਆਂ ਦਾ ਇੱਕ ਪਹਿਰ ਬਣ ਗਿਆ, 8 ਪਹਿਰਾਂ ਦਾ ਦਿਨ ਅਤੇ ਰਾਤ ਬਣ ਗਏ, ਦਿਨ ਅਤੇ ਰਾਤ ਬਣ ਕੇ ਹਫ਼ਤੇ ਬਣ ਗਏ, ਹਫ਼ਤੇ ਬਣ ਕੇ ਮਹੀਨੇ ਬਣ ਗਏ, ਮਹੀਨੇ ਬਣ ਕੇ ਸਾਲ ਬਣ ਗਏ, ਸਾਲ ਬਣ ਕੇ ਸਦੀਆਂ ਬਣ ਗਈਆਂ, ਸਦੀਆਂ ਬਣ ਕੇ ਯੁੱਗ ਬਣ ਗਏ। ਅਤੇ ਕਾਹਦੇ ਤੋਂ ਚੱਲੇ, ਚੱਲੇ ਤਾਂ ਇੱਥੋਂ ਹੀ ਨੇ ਨਾ, ਸੂਰਜ ਕਦੋਂ ਚੜ੍ਹਦਾ ਕਦੋਂ ਛਿਪਦਾ, ਸਾਰਾ ਕੁਛ ਸੂਰਜ ਦੇ ਦੁਆਲੇ ਘੁੰਮਦਾ ਸੀ ਨਾ, ਸੂਰਜ ਦੇ ਕਾਰਨ ਹੀ ਬਣੇ ਨਾ ਸਮੇਂ ਦੀ ਜਿੰਨੀ ਵੀ ਗੱਲ ਬਣੀ। ਸਾਹਿਬ ਕਹਿੰਦੇ ਐਵੇਂ ਰੌਲਾ ਪਾਈ ਬੈਠੇ ਹੋ ਬੰਦੇ ਹੋ,
ਕਿਸੇ ਹੋਰ ਗੱਲ ਪਿੱਛੇ, ਮਾਇਆ ਪਿੱਛੇ ਲੜਾਈ ਹੋਵੇ, ਕਿਸੇ ਹੋਰ ਕਾਰਨਾਂ ਪਿੱਛੇ ਹੋਵੇ, ਮੰਨਿਆ ਜਾ ਸਕਦਾ, ਉਹ ਤੁਸੀਂ ਰੱਬ ਪਿੱਛੇ ਕਿਉਂ ਲੜਦੇ ਹੋ? ਰੱਬ ਤੇ ਇੱਕ ਹੈ। ਸਤਿਗੁਰੂ ਨੇ ਅੱਜ ਕਿਰਪਾ ਕੀਤੀ, ਵਿਸੂਏ ਚਸਿਆਂ ਘੜੀਆਂ ਪਹਿਰਾਂ, ਵਿਸੂਏ 15 ਵਾਲੀ ਅੱਖ ਚਮਕਣਾ, ਚਸਾ ਜੇ 15 ਚਸੇ, 15 ਵਿਸੇ, ਇੱਕ ਚਸਾ ਬਣ ਗਿਆ, ਇਹ ਸਮੇਂ ਦੀ ਵੰਡ ਸੀ। ਵਿਸੂਏ ਚਸਿਆਂ ਘੜੀਆਂ ਪਹਿਰਾਂ, ਪਹਿਰ ਤਾਂ ਆਮ ਸ਼ਬਦਾਂ ਵਿੱਚ ਬੋਲਿਆ ਜਾਂਦਾ, ਚੌਥੇ ਪਹਿਰ ਸੁਬਾਹ ਕਹਿ ਸੁਰਤੀਆਂ ਉਪਜੇ ਚਾਹੋ, ਪਹਿਲਾ ਪਹਿਰ ਧੰਦਾ ਗਿਆ, ਦੂਜੇ ਪਰਸ ਹੋਇਆ, ਬੜਾ ਜ਼ਿਕਰ ਹੈ ਗੁਰਬਾਣੀ 'ਚ। ਥਿੱਤੀ ਥਿੱਤਾਂ ਹੁੰਦੀਆਂ ਨੇ ਜਿਹੜੀਆਂ ਚੰਦਰਮਾ ਨਾਲ ਸੰਬੰਧਿਤ ਨੇ, ਹੈ ਵੀ ਸੂਰਜ ਦਾ ਹੀ ਹੈ, ਕਿਉਂਕਿ ਜਦੋਂ ਸੂਰਜ ਨਹੀਂ ਧਰਤੀ ਉਹਲੇ ਉਹਦਾ ਨੂੰ ਰਾਤ ਹੈ, ਅਤੇ ਉਹ ਜਿਹੜਾ ਚੰਦਰਮਾ ਚੜ੍ਹਦੀ ਉਹਨੂੰ ਥਿੱਤਾਂ ਕਹਿੰਦੇ ਨੇ। ਵਾਰੀ ਵਾਰੀ ਦਾ ਅਰਥ ਕੁਰਬਾਨ ਜਾਣਾ, ਸਦਕੇ ਜਾਣਾ ਨਹੀਂ ਹੈ। ਵਾਰੀ ਦਾ ਅਰਥ ਟਰਨ, ਮੇਰੀ ਵਾਰੀ ਆ ਗਈ, ਉਹ ਨਹੀਂ ਹੈ ਇੱਥੇ। ਵਾਰੀ ਦਾ ਅਰਥ ਹੈ ਵਾਰ, ਸੱਤ ਵਾਰ। ਵਿਸੂਏ ਚਸਿਆਂ ਘੜੀਆਂ ਚਸਿਆਂ ਘੜੀਆਂ ਪਹਿਰਾਂ, ਛਿੱਟੀ ਵਾਰੀ ਮਾਂ, ਮਾਂ ਦਾ ਅਰਥ ਹੁੰਦਾ ਮਹੀਨਾ, ਹੋਆ, ਇਹ ਸਾਰੇ ਬਣ ਗਏ। ਸੂਰਜ ਇੱਕੋ, ਸੂਰਜ ਇੱਕੋ, ਰੁੱਤ ਅਨੇਕ। ਸੂਰਜ ਇੱਕੋ ਹੀ ਆ, ਰੁੱਤਾਂ ਅਨੇਕ ਨੇ, ਸੂਰਜ ਕਾਰਨ ਹੀ ਬਣਦੀਆਂ ਨੇ। ਸੂਰਜ ਤੋਂ ਧਰਤੀ ਦੂਰ ਹੋ ਗਈ, ਠੰਡ ਹੋ ਗਈ, ਸੂਰਜ ਦੇ ਨੇੜੇ ਹੋ ਗਈ ਘੁੰਮਦੀ, ਅਤੇ ਗਰਮੀ ਆ ਗਈ। ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕਿਤੇ ਵੇਸ। ਜਿਵੇਂ ਇੱਕ ਸੂਰਜ ਕਾਰਨ ਇੰਨੇ ਸਮੇਂ ਦੀ ਵੰਡ ਹੈ, ਇੱਕੋ ਹੀ ਰੱਬ ਦੇ ਕਾਰਨ ਇੰਨੇ ਤਰ੍ਹਾਂ ਤਰ੍ਹਾਂ ਦਾ ਸੰਸਾਰ ਹੈ। ਹੁਣ ਜਦੋਂ ਕਿਤੇ ਵਕਤ ਮਿਲਿਆ ਨਾ, ਸੁਖਮਨੀ ਸਾਹਿਬ ਦੀ ਆਹ ਅਸ਼ਟਪਦੀ ਪੜ੍ਹੀ ਨਾ, ਅਤੇ ਉਦੋਂ ਮਲ ਮਲ ਕੇ ਦਾਗ ਧੋਇਓ ਨਿਰਵੈਰ ਅੰਦਰ ਵੈਰ ਵਿਰੋਧ ਦੇ, ਉਦੋਂ ਪਤਾ ਲੱਗ ਜਾਏਗਾ ਸਾਨੂੰ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥ ਵਾਸੀ, ਕਈ ਕੋਟ ਬਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸ਼ਰ ਹੋਤੇ। ਤੇਰੀ ਦੁਨੀਆ 'ਚ ਕਿੰਨੀ ਕਿੰਨੀ ਤਰ੍ਹਾਂ ਦੇ ਲੋਕ ਪੈਦਾ ਕੀਤੇ ਨੇ। ਜਿਹੜਾ ਇੱਕ ਸੂਰਜ ਨੂੰ ਵੇਖ ਕੇ ਰੁੱਤਾਂ ਸਾਰੀਆਂ ਸਮੇਂ ਦੇ ਰੱਬ ਦੇ ਦੁਆਲੇ, ਉਹ ਇੱਕ ਸੂਰਜ ਦੇ ਦੁਆਲੇ ਘੁੰਮਦਾ ਦੇਖਦਾ ਹੈ ਨਾ, ਇਸੇ ਤਰ੍ਹਾਂ ਪਿਆਰ ਵਾਲੇ ਹੋ। ਸਤਿਗੁਰੂ ਜੀ ਨੇ ਪਹਿਲੀ ਉਦਾਹਰਨ ਵਿੱਚ ਵੱਖੋ ਵੱਖਰੇ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕੀਤਾ ਸੀ, ਅਤੇ ਇਸ ਗੱਲ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹ ਸਮੇਂ ਦੀ ਗੱਲ ਕੀਤੀ ਹੈ, ਬਈ ਇੱਕ ਜਿਵੇਂ ਸੂਰਜ ਕਾਰਨ ਸਾਰੇ ਸਮੇਂ ਵੱਖੋ ਵੱਖਰੇ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਸਾਨੂੰ, ਇੱਕ ਰੱਬ ਦੇ ਲੜ ਜੋੜੇ ਹੈ। ਆਓ ਪਿਆਰ ਵਾਲਿਓ, ਸੁਲਹਿ ਸਾਹਿਬ ਪੜ੍ਹਦਿਆਂ ਹੋਇਆਂ ਆਪਣੇ ਅੰਦਰ ਉਹਨਾਂ ਗੁਣਾਂ ਨੂੰ ਧਾਰਨ ਕਰੀਏ। ਡਾਕਟਰ ਤਾਰਨ ਸਿੰਘ ਦਾ ਕਹਿਣਾ ਹੈ ਵੀ ਗੁਣਾਂ ਨੂੰ ਧਾਰਨ ਕਰਨਾ ਹੀ ਸੁਲਹਾ ਕਰਨਾ ਹੈ। ਜਦੋਂ ਗੁਣ ਸੁਲਹਿ ਸਾਹਿਬ ਦੇ ਦੱਸੇ ਗੁਣ ਸਾਡੇ ਜੀਵਨ ਵਿੱਚ ਆ ਗਏ ਨਾ, ਤਾਂ ਉਸ ਮਨੁੱਖ ਨੇ ਸੁਲਹਿ ਸਾਹਿਬ ਕੀਤਾ ਹੈ। ਗੁਰੂ ਕਿਰਪਾ ਕਰੇ ਅਸੀਂ ਇਹਨਾਂ ਗੁਣਾਂ ਦੀ ਧਾਰਨੀ ਹੋ ਸਕੀਏ। ਭੁੱਲਾ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।